ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦਾ। ਤੇ ਆਪਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡਦੇ ਮੁੱਦੇ ਤੇ ਆਉਂਦੇ ਆ। ਖੂਬਸੂਰਤ ਸਤਿ ਠੀਕ ਠਾਕ ਹੋਵੋਗੇ। ਮੁੱਦਾ ਇਹ ਆ ਵੀ ਅੱਜ ਵਾਲਾ ਨੇਰਾ ਹੋਣ ਲੱਗਾ ਵਾ ਬਹੁਤ ਜ਼ਿਆਦਾ ਸੀਰੀਅਸ, ਕਿਉਂਕਿ ਅੱਜ ਕੋਚ ਸਾਹਿਬ ਆਪ ਅੱਗੇ ਹੋਏ ਆ, ਮਤਲਬ ਮੇਰੇ ਨਾਲੋਂ ਤੇ ਬੈਟਰ ਆ, ਕਿਉਂਕਿ ਇਹਨੇ ਨੇਲ ਐਕਸਟੈਂਸ਼ਨ, ਹੇਅਰ, ਮੇਕਅਪ ਮਹਿੰਦੀ ਦਾ ਨਹੀਂ ਨਾ ਕੀਤਾ। ਹਾਂ ਮਤਲਬ ਇਹ ਸਾਰਾ ਕੁਛ ਕੀਤਾ, ਜੇ ਹੋਰ ਕੁਛ ਕੀਤਾ ਤੇ ਮੈਨੂੰ ਉਹ ਵੀ ਦੱਸ ਦੇ। ਇਹੀ ਕੁਛ ਕੀਤਾ ਤੇ ਇਹਨੇ ਮੇਰੀਆਂ ਗਲਤੀਆਂ ਹੁਣ ਤੱਕ ਬੜੀਆਂ ਕੱਢ ਦਿੱਤੀਆਂ ਕਿ ਆਹ ਜਿਹੜੇ ਨੇਲ ਆ ਇਹ ਮੈਂ ਗਲਤ ਮੰਗਵਾ ਲਏ, ਇਹ ਨਹੀਂ ਮੈਨੂੰ ਚਾਹੀਦੇ, ਇਹ ਪਰਮਾਨੈਂਟ ਵਾਲੇ ਹੁੰਦੇ ਆ, ਮਤਲਬ ਇਹ ਇੱਥੇ ਕੁ ਲੱਗਦੇ ਆ ਤੇ ਪਰਮਾਨੈਂਟ ਵਾਲੇ ਹੁੰਦੇ ਆ, ਤੇ ਇਹ ਮੈਂ ਗਲਤ ਮੰਗਵਾ ਲਏ ਤੇ ਹੁਣ ਇਹਨਾਂ ਨੂੰ ਫਿਰ ਸਾਨੂੰ ਉਦਣ ਕੱਟ ਕੇ ਸਹੀ ਕਰਨਾ ਪੈਣਾ ਆ। ਸਹੀ ਨਹੀਂ ਕਰਨਾ, ਖਰਾਬ ਕਰਨਾ ਤੇ ਉਦਣ ਨੂੰ ਕੱਟ ਕੇ। ਹਾਂ ਤੇ ਕੱਟ ਕੇ ਮਤਲਬ ਖਰਾਬ ਮੈਂ ਮੰਗਾਲੇ ਆ ਦੂਸਰੇ, ਜਿਹੜੇ ਫੁੱਲ ਕਵਰ ਵਾਲੇ ਕਹਿੰਦੇ ਉਹਨੂੰ ਕਹਿੰਦਾ ਫੁੱਲ ਟਿਪਸ। ਕੀ ਸਿਖਾਇਆ ਸੀ? ਫੁੱਲ ਕਵਰ ਟਿਪਸ। ਸਮਾਨ ਜਿਹੜਾ ਬਚਦਾ ਸੀ ਮੈਂ ਸਾਰਾ ਮੰਗਾ ਲਿਆ ਵਾ, ਬਰਸ਼ ਬਰੁਸ਼ ਸਾਰੇ ਰੱਖ ਦਿੱਤੇ ਆ, ਤੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਕਰ ਲਈਏ ਜਿੱਦਾਂ ਪਿਛਲੇ ਵਲੌਗ ਚ ਕੀਤਾ ਸੀ। ਹਾਂਜੀ ਤੇ ਲਾਭ ਆਉਂਦੀ ਕਿ ਉਦਣ ਤੁਸੀਂ ਆਪਣੇ ਤੁੱਕੇ ਲਾ ਲਏ ਪਰ ਅੱਜ ਨੀ ਚੱਲਣੇ, ਇਹਦੇ ਵਾਸਤੇ ਪਹਿਲਾਂ ਆਪਣੇ ਜਿਹੜੇ ਵਧੇ ਨਾ ਉਹ ਵੀ ਕੱਟਣੇ ਪੈਂਦੇ, ਫੇਰ ਇਹਨਾਂ ਨੂੰ ਫਾਈਲਰ ਨਾਲ ਕਰਨਾ ਆ ਥੋੜੇ ਜਿਹੇ ਅੱਗੇ ਸਹੀ ਜਿਹਾ ਕਰ ਲੈਣਾ, ਸਹੀ ਜਿਹਾ ਕਰਨਾ। ਤੇ ਹੁਣ ਆਪਾਂ ਇਹਨੂੰ ਕੱਟਣਾ ਵੀ ਸੀ ਤੇ ਕਿਊਟੀਕਲ ਕਟਰ ਤੇ, ਪਰ ਆਪਣੇ ਕੋਲ ਹੈ ਨਹੀਂ ਆ, ਮੰਗਾਇਆ ਵਾ, ਮੰਗਾਇਆ ਲਿਆਇਆ ਨਹੀਂ ਆ। ਹਾਂ ਫਿਰ ਇਹਨੂੰ ਬਫਰ ਕਰ ਲੈਣਾ। ਚੱਲ ਬਫਰ ਕਰ ਲਾ। ਹੁਣ ਹੁਣ ਲੱਗੇ ਆ ਜੀ ਨੇਲ ਫਿਕਸ, ਥੋੜਾ ਥੋੜਾ ਲਾਈਨ ਲਾਓ, ਮੈਂ ਲਾ ਦੇਣੀ ਉਸੇ ਵੇਲੇ। ਸਾਰੇ ਖਰਾਬ ਕਰਕੇ ਸੁੱਟਤੇ ਮੈਂ ਤੇ ਬੜੇ ਨਾ ਉਹਦੇ ਨਾਲ ਦੱਸਣ ਡਈ ਹਾਂ ਕਿ ਉਹਦੇ ਨਾਲ ਬੜੇ ਜੋਸ਼ ਦੇ ਨਾਲ ਵੀ ਇਹਨਾਂ ਨੂੰ ਇੱਥੋਂ ਕੱਟ ਲੈਣਾ ਵਾ, ਤੇ ਕਹਿੰਦੀ ਮੈਂ ਵੇਖਣੀ ਵੀ ਨੇਲਾਂ ਦੀ ਡੰਡ ਲਾਉਣ ਡਈ ਹੈ, ਪਰ ਲੱਗ ਗਿਆ। ਪਰ ਆਪਣੇ ਕੋਲ ਸਮਾਨ ਨਹੀਂ ਹੈਗਾ ਪੂਰਾ, ਕਿਉਂਕਿ ਬੇਸ ਕੋਟ ਲੱਗਣਾ, ਬਫਰ ਹੋਣੇ ਆ, ਤੇ ਆਪਣੇ ਕੋਲ ਲੈਂਪ ਵੀ ਨਹੀਂ ਹੈਗਾ, ਆਪਾਂ ਆਰਡਰ ਕੀਤਾ ਹਲੇ ਨਹੀਂ ਆਇਆ। ਫਿਰ ਆਪਾਂ ਸਿੱਧਾ ਨੇਲ ਆਰਟ ਸਟਾਰਟ ਕਰਦੇ ਹਾਂ, ਫਿਰ ਸਿੱਧਾ ਨੇਲ ਆਰਟ ਹੀ ਸ਼ੁਰੂ ਕਰਦੇ। ਮੈਂ ਵੀ ਉਦੋਂ ਨੇਲ ਆਰਟ ਹੀ ਸ਼ੁਰੂ ਕੀਤਾ ਸੀ, ਆਰਟਿਸਟ ਹੀ ਬੜੀ ਵੱਡੀ ਹਾਂ ਮੈਂ, ਤੇ ਸਿੱਧਾ ਨੇਲ ਆਰਟ ਹੀ ਸ਼ੁਰੂ ਕਰਤਾ ਸੀ ਮੈਂ ਮੇਕਅਪ ਨੇਲ ਆਰਟ। ਹੁਣ ਸਿਲੈਕਟ ਕਰਨ ਡਈ ਆ ਵੀ ਕਿਹੜੀਆਂ ਕਿਹੜੀਆਂ ਨੇਲ ਪੇਂਟ ਜਿਹੜੀਆਂ ਜ਼ਰੂਰੀ ਆ, ਆਪਾਂ ਜਿੱਦਾਂ ਲਾਈਟ ਲਾਈਟ, ਹਾਂ ਲਾਈਟ ਲਾਈਟ ਕਲਰ ਚੂਜ਼ ਕਰ ਲਾ। ਪਹਿਲਾਂ ਆਪਾਂ ਦੱਸਣ ਲੱਗੇ ਹਾਂ ਡੋਟਿੰਗ ਆ ਜਿਹੜੇ ਮੈਂ ਮੰਗਾਏ ਸੀ, ਜਿਹੜੇ ਉਦਣ ਮੈਨੂੰ ਨਹੀਂ ਇੰਨੀ ਚੰਗੀ ਤਰ੍ਹਾਂ ਵਰਤਣੇ ਆਏ। ਪਹਿਲਾਂ ਸਭ ਤੋਂ ਇਹਦਾ ਆਰਟ ਹੋਣ ਲੱਗਾ ਆ ਆਹ ਵਾਲਿਆਂ ਦਾ, ਆਹ ਵਾਲਿਆਂ ਦਾ, ਠੀਕ ਆ। ਕਲਰ ਕੋਂਬੀਨੇਸ਼ਨ ਵੀ ਥੋੜ੍ਹਾ ਵੇਖਣਾ ਪੈਂਦਾ, ਵੇਖਣਾ ਪੈਂਦਾ। ਮੈਂ ਉਦਣ ਜਿਹੜਾ ਮਰਜ਼ੀ ਕਲਰ ਵਾਲਿਆ ਸੀ ਉਹ, ਫਿਰ ਉਹ ਫਿਰ ਆਰਟਿਸਟ ਦਾ ਫਿਰ ਵੱਖਰੇ ਹੀ ਹੁੰਦਾ ਨਾ ਹਿਸਾਬ। ਹਾਂਜੀ ਅੱਜ ਥੋੜ੍ਹਾ ਸੀਰੀਅਸ ਮੈਟਰ। ਤੇ ਆਪਾਂ ਬਣਾਉਂਦੇ ਹਾਂ ਮਾਰਬਲ। ਮਾਰਬਲ ਕਿਹੜਾ ਬਣਾਵਾਂਗੇ? ਕੋਈ ਜਿਹੜਾ ਦੂਸਰੀਆਂ ਨੇਲ ਪੇਂਟ ਸਿਕਿਓਰ ਹੋ ਜਾਂਦੀਆਂ, ਜਿਹੜੇ ਜੈੱਲ ਹੁੰਦੀਆਂ ਨਾ ਉਹ ਫੈਲ ਜਾਂਦੀਆਂ ਆ ਛੇਤੀ, ਇਹ ਥੋੜੀਆਂ ਨੋਰਮਲ ਚ ਵਾ ਨਾ ਤਾਂ ਕਰਕੇ ਫੈਲਦੀਆਂ। ਇਹ ਉਹ ਵਾਲੀਆਂ ਨਹੀਂ ਨਾ, ਨੇਲ ਆਰਟ ਵਾਲੀਆਂ ਨਹੀਂ, ਇਹ ਨੇਲ ਆਰਟ ਵਾਲੀਆਂ ਨਹੀਂ ਆ, ਇਹ ਦੂਸਰੀਆਂ ਵਾ ਸਿੰਪਲ ਜਿਹਨਾਂ ਆਪਾਂ ਲਾਉਂਦੇ ਆ। ਇਹ ਸਿੰਪਲ ਆ, ਇਹ ਤਾਂ ਕਰਕੇ ਇਹ ਫੈਲਦੀਆਂ ਨਹੀਂ ਆ ਨੇਲ ਪੇਂਟ। ਹਾਂ ਵੀ ਫੈਲਣ ਨਹੀਂ ਨਾ ਡਈਆਂ, ਜੇ ਜੈੱਲ ਹੁੰਦੀ ਇਹ ਫੈਲ ਜਾਣੀ ਸੀ, ਇਹ ਜੈੱਲ ਨਹੀਂ ਹੈ ਤਾਂ ਨਹੀਂ ਫੈਲਦੀਆਂ। ਪਰ ਤੁਸੀਂ ਜੈੱਲ ਵਾਲੀਆਂ ਲਾਓਗੇ ਉਸੇ ਟਾਈਮ ਫੈਲ ਜਾਣਗੀਆਂ, ਇੱਦਾਂ ਹੀ ਸਿਕਿਓਰ ਕਰਨ ਤੋਂ ਪਹਿਲਾਂ ਇਹ ਸਭ ਕਰਨਾ ਬਣਾਉਣਾ ਆ। ਹਲੇ ਆਪਣੇ ਕੋਲ ਸਮਾਨ ਪ੍ਰੋਪਰ ਆਇਆ ਨਹੀਂ ਹੈ, ਇਹਦੇ ਉੱਪਰ ਕੁਛ ਵੀ ਲਾ ਸਕਦੇ ਹਾਂ ਆਪਾਂ, ਕਿੱਦਾਂ ਪੇਪਰ, ਸਿਲਵਰ ਪੇਪਰ ਹੁੰਦਾ। ਹਾਂ ਇਹ ਸਿਲਵਰ ਪੇਪਰ, ਹਾਂ ਜਿੱਦਾਂ ਆਹ ਵਾਲੀ ਚੀਜ਼ ਬਣਨੀ ਪੂਰੀ ਜੈੱਲ ਦੇ ਨਾਲ, ਜਿੱਦਾਂ ਆਹ ਬਣਿਆ ਹੋਇਆ ਨਾ ਮਾਰਬਲ, ਇਹਨੂੰ ਕਹਿੰਦੇ ਆ ਜਿੱਦਾਂ ਮਾਰਬਲ ਬਣਿਆ ਆਵੇ, ਫੈਲੀ ਹੋਈ ਨਾ ਇਹ ਜੈੱਲ ਆ, ਉਹ ਸਿੰਪਲ ਨੇਲ ਪੇਂਟ ਤਾਂ ਕਰਕੇ ਉਹ ਫੈਲੀ ਨਹੀਂ ਆ, ਇਹ ਦੂਸਰੀ ਜੈੱਲ ਵਾਲੀ ਹੀ ਫੈਲ ਗਈ ਆ, ਉਹ ਥੋੜ੍ਹੀ ਨੋਰਮਲ ਜਾ ਤਾਂ ਨਹੀਂ ਫੈਲੀ ਆਵੇ, ਫਰਕ ਆ ਨਾ। ਫਰਕ ਹੈ, ਫਰਕ ਹੈ। ਡੋਟਿੰਗ ਵਾਲਾ ਆ ਹੋ ਗਿਆ? ਹਾਂਜੀ ਇਹ ਹੋ ਗਿਆ ਵਾ, ਇਹ ਤੁਹਾਡੀ ਨੇਲ ਪੇਂਟ ਕਿਸੇ ਕੰਮ ਦੀ ਨਹੀਂ ਸੀ ਤਾਂ ਕਰਕੇ ਨਹੀਂ ਬਣਿਆ। ਮਤਲਬ ਮੈਨੂੰ ਨੇਲ ਪੇਂਟਾਂ ਵੀ ਹੁਣ ਚੇਂਜ ਕਰਨੀਆਂ ਪੈਣਗੀਆਂ? ਉਹ ਜੈੱਲ ਵਾਲੀਆਂ ਹੁੰਦੀਆਂ ਨਾ, ਇਹ ਫਰਕ ਆ। ਅੱਛਾ ਆ ਫੜੋ,
ਚੱਲ ਤੇਰੇ ਕੋ ਡੋਟ ਤੇ ਸਹੀ ਤਰ੍ਹਾਂ ਲੱਗਣ ਡੇ, ਮੇਰੇ ਕੋ ਤੇ ਉਹ ਵੀ ਨਹੀਂ ਲੱਗਦੇ। ਵਿਆ ਸੁੱਕ ਜਾਂਦੀਆਂ ਨਾ ਉਸੇ ਟਾਈਮ ਹੀ, ਜੈੱਲ ਕਦੀ ਨਹੀਂ ਸੁੱਕਦੀਆਂ ਨਹੀਂ ਆ। ਇਹ ਅੰਦਰ ਨੂੰ ਕਰ ਲੈਣਾ, ਇਹ ਤੂੰ ਜ਼ਿਆਦਾ ਜ਼ਿਆਦਾ ਲਾ ਲਾ। ਇਹਨੂੰ ਨੀਚੇ ਨੀਚੇ ਨੂੰ ਇੱਦਾਂ ਹਲਕਾ ਜਿਹਾ ਆਪਾਂ ਕਰ ਦੇਣਾ ਪੁਸ਼। ਤੁਸੀਂ ਕੋਸ਼ਿਸ਼ ਕਰਿਓ ਕਿ ਤੁਸੀਂ ਜੈੱਲ ਨੇਲ ਪੇਂਟ ਹੀ ਲਿਓ, ਇਹ ਸੁੱਕ ਜਾਂਦੀਆਂ ਬਹੁਤ ਛੇਤੀ। ਇਹ ਨਾ ਮੈਂ ਗਿੱਲੇ ਗਿੱਲੇ ਤੇ ਲਾਈ ਜਾਂਦੀ ਹਾਂ ਨਾ, ਤੇ ਉੱਤੇ ਵਧੀਆ ਹੋਈ ਜਾਂਦਾ ਇਹ। ਪਰ ਆਰਟ ਬਣਾਉਣ ਲਈ 2 ਮਿੰਟ ਆਪਾਂ ਨੂੰ ਰੁਕਣਾ ਵੀ ਤੇ ਪੈਣਾ ਵਾ ਨਾ, ਵੇਖਣਾ ਪੈਂਦਾ ਵਾ। ਇਹ ਫਲਾਵਰ ਕ੍ਰੀਏਟ ਹੋਣਾ ਵਾ, ਇਹ ਥੋੜ੍ਹਾ ਨਾ ਦੂਸਰੀਆਂ ਨੇਲ ਪੇਂਟ ਤਾਂ ਸਟੇ ਨਹੀਂ ਕਰਦੀਆਂ, ਸੁੱਕ ਜਾਂਦੀਆਂ ਛੇਤੀ, ਡਰਾਈ ਹੋ ਜਾਂਦੀਆਂ। ਤੇ ਇਹਦੇ ਤੇ ਕਨਵਰਟ ਕਰਦੇ ਕੋਈ ਹੋਰ, ਜੋ ਮਰਜ਼ੀ ਬਣਾਈ ਜਾਓ, ਭਾਵੇਂ ਛੋਟੇ ਛੋਟੇ ਇੱਧਰ ਡੋਟਿੰਗ ਲਾ ਲਓ, ਜਿੱਦਾਂ ਆਪਾਂ ਬਰੀਕ ਵਾਲਾ ਵਾ ਨਾ, ਆਪਾਂ ਇਹਨੂੰ ਕਲਰਫੁੱਲ ਕਰਨਾ ਤੇ ਆਪਾਂ ਇੱਥੇ ਡੋਟ ਲਾ ਲਓ। ਬੰਦਾ ਦੁਨੀਆ ਦਾ ਜਿਹੜਾ ਆਪਣੀ ਵੀ ਲਾ ਲੈਣੀ, ਸਾਰਿਆਂ ਤੇ ਲਾ ਲੈਣੀ। ਆਪਾਂ ਡਰਾਈ ਕਰਨੀ ਨਾ, ਉਦੋਂ ਉਦੋਂ ਡਰਾਈ ਹੋ ਜਾਣੀ। ਆਪਾਂ ਸਟੈਂਪ ਲਿਆਂਦੀ ਆ, ਇਹਦੇ ਤੇ ਵੀ ਸਾਰੇ ਨੇਲ ਆਰਟ ਵਗੇ ਹੁੰਦੇ ਆ। ਹੁਣ ਇਹਦੇ ਲਾਉਣ ਡਈ ਆ, ਲਵ ਕਵਰ ਇਹਦੇ ਹੁੰਦਾ ਇੱਕ ਲੱਗਾ। ਪਹਿਲਾਂ ਇਹ ਕਵਰ ਨੂੰ ਜਿਹੜਾ ਵਾ ਆਪਾਂ ਲਾਉਣਾ ਹੁੰਦਾ ਆ ਇਹ, ਹਾਂ, ਤੇ ਆਹ ਸਾਰੇ ਜਿਹੜੇ ਨੇਲ ਆਰਟ ਡਿਜ਼ਾਈਨ ਹੁੰਦੇ ਆ ਕਾਟਨ, ਬਹੁਤ ਕੁਝ ਨੇਲ ਆਰਟ ਚੱਲ ਰਿਹਾ ਹੈ। ਉਦਣ ਹੀ ਲਾਤਾ ਤੁਹਾਡੇ ਸਾਹਮਣੇ, ਲਾ ਤੇ ਦਿੱਤਾ ਸੀ ਉਦਣ ਹੀ, ਉਹ ਐਕਸਪੈਂਸਿਵ ਬੜਾ ਸੀ ਤੇ ਅੱਜ ਉਹ ਤੋਂ ਵੀ ਵੱਧ ਐਕਸਪੈਂਸਿਵ ਕਰਨ ਡੇ ਆ। ਜ਼ਿਆਦਾ ਵਧੀਆ ਜੋ ਉਹ ਜ਼ਿਆਦਾ ਵਧੀਆ ਏ, ਵਧੀਆ ਕਰੋ ਕਰੋ, ਸ਼ਾਬਾਸ਼, ਠੀਕ ਆ, ਓਕੇ, ਲਾ ਦੀ ਬਾਅਦ ਸਰ, ਠੀਕ, ਓਕੇ ਬੋਕੇ। ਆਪਾਂ ਕਰਨ ਲੱਗੇ ਆ ਵੀ ਇਹਦਾ ਨੇਲ ਆਰਟ ਕਿੱਦਾਂ ਕਰੀਦਾ। ਹਾਂ, ਪਹਿਲਾਂ ਜਿਹੜਾ ਵੀ ਤੁਸੀਂ ਡਿਜ਼ਾਈਨ ਚੂਜ਼ ਕਰਨਾ ਵਾ, ਡਿਜ਼ਾਈਨ ਚੂਜ਼ ਕਰ ਲਓ, ਫਿਰ ਉਹਦੇ ਤੇ ਜਿਹੜੀ ਆ ਨੇੜੇ ਵੀ ਕਲਰ ਦੀ ਨੇਲ ਪੇਂਟ ਲਾਉਣੀ ਆ ਤੁਸੀਂ, ਉਹ ਕਲਰ ਦੀ ਨੇਲ ਪੇਂਟ ਜਿਹੜੀ ਉਨੀ ਕੁ ਜਗ੍ਹਾ ਤੇ ਲਾ ਲਓ, ਠੀਕ ਆ। ਤੇ ਫਿਰ ਆਪਣਾ ਆ ਸੀਟ ਜੀ ਇੱਕ ਮਿਲਦੀ, ਇਹਦੇ ਨਾਲ ਇਹਨੂੰ ਇੱਕੇ ਦਮ, ਹਾਂ, ਕਰ ਲੈਣਾ, ਠੀਕ ਆ। ਤੇ ਆ ਗਈ ਅੱਗੇ ਸਟੈਂਪ, ਇੱਥੋਂ ਆਪਾਂ ਲਾ ਲੈਣੀ ਆ ਸਟੈਂਪ, ਠੀਕ ਆ। ਤੇ ਸਟੈਂਪ ਸਿੱਧੀ ਲਾ ਦੇਣੀ ਆ ਨੇਲ ਤੇ, ਆ ਹੋ ਗਿਆ ਆਪਣੀ ਨੇਲ ਡਨ। ਪੋੜ ਕਰਨ ਲੱਗੇ ਆ, ਸਾਨੂੰ ਥੋੜਾ ਜਿਹਾ ਫਿੱਕਾ ਜਿਹਾ ਕਲਰ ਲੱਗਾ ਆ, ਤੇ ਅਸੀਂ ਕਿਹਾ ਵੀ ਹੁਣ ਇਹਦੇ 'ਤੇ ਬਲੈਕ ਕਰਨਾ ਕਿਉਂਕਿ ਜ਼ਿਆਦਾ ਹੀ ਫਿੱਕਾ ਕਲਰ ਲੱਗਾ। ਪਰ ਆਰਟ ਬੜਾ ਸੋਹਣਾ ਆਇਆ, ਇਹ ਮਤਲਬ ਕੰਮ ਕਰਦੀ ਇਹ ਚੀਜ਼ ਜਿਹੜੀ, ਹੈਂ, ਚੱਲੇਗਾ ਫਿਰ, ਠੀਕ ਆ, ਐਂਡ ਤੇ ਦੱਸ ਦਾਂਗੇ। 5 ਮਿੰਟ ਬਾਅਦ ਫੇਰ ਆਏ ਲੈ, ਹੁਣ ਇਹਨੂੰ ਡਰਾਈ ਹੋਣ ਦਈਏ ਪਹਿਲਾਂ, ਇੱਥੇ ਲਾ ਲਈਏ, ਹਾਂ, ਓਨਾ ਚਿਰ ਇੱਥੇ ਕਰ, ਹਾਂ, ਭਲਾ ਕੀ ਕਰਦੀ, ਇਹਦੇ ਤੇ ਇਹਦੇ ਤੇ ਪਤਾ ਕਿਹੜਾ ਲਾਈਏ, ਇਹਦੇ ਤੇ ਲਾਈਏ ਇਹ ਰਮਨ ਦੀਦੀ ਨੇ ਬੋਲਿਆ ਠੀਕ ਆ ਆਪਣਾ, ਹਾਂ, ਤੇ ਇਹਨੂੰ ਇਦਾਂ ਪਿੱਕ ਕਰਨਾ ਹੈ, ਕਰਕੇ ਪਿੱਕ ਕਰਕੇ ਤੇ ਹੁਣ ਫੇਰ ਫਿੱਕਾ ਜਿਹਾ ਹੋਇਆ, ਲਾਈਟ ਆਇਆ ਨਹੀਂ ਇੱਥੇ, ਆਇਆ ਨਹੀਂ, ਇਹ ਨਹੀਂ ਆਇਆ ਯਾਰ, ਆ ਕੀ ਹੋ ਰਿਹਾ ਵਾ ਇਹ, ਆ ਦਿਸ ਇਜ਼ ਵੈਰੀ ਵੈਰੀ ਕੀ ਹੋਇਆ, ਆਇਓ ਤੁਹਾਡੇ ਕੋਈ ਕੰਮ ਜਿਹਾ ਕਰਾਉਣਾ ਹੈ, ਕੰਮ ਪੈ ਗਿਆ ਤੁਹਾਡੇ ਹੱਲ ਕੋਈ, ਆਓ ਤੇ ਸਹੀ,
ਬਸ ਕਰੋ ਓਏ ਰੱਬਾ ਹਾਂ ਬਸ ਕਰੋ ਕਿਉਂ ਮੈਨੂੰ ਦੁਖੀ ਕਰਨ ਦੇ ਐਦਾਂ ਵੀ ਤਾਂ ਨੋਕੀ ਦਾ ਪਹਿਲਾਂ ਮਟੇਰੀਅਲ ਹਾਂ ਚਾਦਰ ਗੰਦੀ ਕਰਤੀ ਆਪਾਂ ਬਰਬ ਗਾ ਚਾਦਰ ਗੰਦੀ ਕਰਤੀ ਮੰਮੀ ਨੇ ਆ ਕੇ ਗੁੱਸੇ ਹੋਣਾ ਵਾ ਇੱਕ ਮਿੰਟ ਹੋ ਗਿਆ ਹੋ ਗਿਆ ਆਹ ਆਹ ਫੜੇ ਹੁਣ ਹਾਂ ਦਿਖਾਓ ਲੈ बस इदा लाइना जी मारी जानी जिदा जैबरा दे नहीं हुंदियां अज्जियां इदा ए बेसिक बेसिक आ सिंपल सिंपल जिहड़े रमन अर्गे सिखण हुंदे ना अच्छा उहनां नूं पहिलां इही सिखाउंदे आ इत्त औखे औखे कर ले मैं उस दिन मैम थोड़े कीते औखे औखे लै सोहणे नहीं ਬਹੁਤ ਜ਼ਿਆਦਾ ਸੋਹਣੇ ਤੇਰੇ ਮਾਤ ਪਾਉਣ ਦੇ ਸੀ ਵੱਡੇ ਵੱਡੇ ਆਰਟਿਸਟ ਹਾਂਜੀ ਤੇ ਆਹ ਨੇਲ ਆਰਟ ਹੋ ਗਿਆ ਡਨ ਕੇ ਹੋਣਾ ਹੈ ਹੋਣਾ ਹੈ ਜੇ ਇਹਦੇ ਵਿੱਚ ਗਲਿਟਰ ਲਾ ਲੈਂਦੇ ਹਾਂ ਹਜੇ ਰਹਿੰਦਾ ਹੈ ਹੋਣਾ ਹੈ ਇੱਥੇ ਹੋਣ ਲੱਗਾ ਆ ਗਲਿਟਰ ਵਾਲਾ ਮੈਨੂੰ ਦੱਸ ਦੇ ਕਿਹੜੀਆਂ ਕਿਹੜੀਆਂ ਨੇਲ ਪੋਲਿਸ਼ ਚਾਹੀਦੀਆਂ ਹੁੰਦੀਆਂ ਇਹਦੇ ਵਾਸਤੇ ਠੀਕ ਆ ਤੁਹਾਨੂੰ ਦੱਸ ਦੇਗਾ ਸਾਰਾ ਸਮਾਨ एक बार फिर दादी सू एक बार थोड़ी पता लगता है स्टैंप लाउन च नाकाम रहे पर फिर ट्राई करा स्टैंप वेखदे आ खातों नहीं लगी क्यों ਕੀ ਪ੍ਰੋਬਲਮ ਕੀ ਹੋਈ ਨਾਲ ਆ ਗਏ ਵੇ ਨਹੀਂ ਤੇ ਮੈਂ ਹੋਵਾਂਗੇ ਨਹੀਂ ਰਹਿੰਦੇ ਤੂੰ ਪਿੱਛੇ ਹਾਂਜੀ ਕਿੱਦਾਂ ਦੇ ਲੱਗਣ ਦੇ ਆਡੀਅੰਸ ਇਹਦਾ ਉਹ ਕਿੱਥੇ ਉਹ ਪਿਆ ਮਸੀ ਉਹ ਹੱਸਣਗੇ ਆਰਟ ਦਾ ਤੇ ਪਤਾ ਨਹੀਂ ਹੈ ਬਾਕੀ ਨਹੀਂ ਪਿਛਲੀ ਵਾਰੀ ਵੀ ਹੱਸੇ ਹੀ ਫਿਰ ਐਤਕ ਵੀ ਹੱਸ ਲੈਣਗੇ ਕਿ ਹੱਸਣ ਦਾ ਕਿਹੜਾ ਮੁੱਲ ਲੱਗਦਾ ਖੂਨ ਹੀ ਵੱਧਦਾ ਚਾਰ ਬੂੰਦ ਦਾ ਖੂਨ ਵਧਾ ਲਿਓ ਤੁਸੀਂ ਆਪਣਾ ਅੱਗੇ ਅੱਗੇ ਦੁਨੀਆ ਤੇ ਬੜਾ ਕੁਝ ਘਾਤ ਘੋਣ ਡਿਆ ਹੈ ਬੰਦਾ ਹੱਸ ਲੈ ਇਸ ਤੋਂ ਵੱਡੀ ਕੀ ਖੁਸ਼ੀ ਹੈ ਖਾਦੇ ਹੋ ਲੱਗਾ ਹੋਇਆ 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 ਕੱਖ ਹੋਇਆ ਹੋਇਆ ਤਾਂ ਬਹੁਤ ਕੁਝ ਆ ਆਇਆ ब्रश दे एक मिनट हां जेड़ा आ ए पहला इदे ते नेल पेंट लाई आ इते मेरा कोई कसूर नहीं ताडे नेल पेंट बकवास एक नंबर नेल आर्ट दसो ओ दे होना हसस दसन के नेल आर्ट चीची दा रह हां जी ते इते आपा लाउन लगे आ ग्रीन ग्रीन पॉप एवर ग्रीन रंगी की बनाती रमन ते आपा रल गए कोई नहीं पिछली वारी भी यही हाल ही होया मेरे नवां दा ऐतकी फजी हुण चीची दा नेल आर्ट होण लगा जे आ वेखो विखाओ पहला सारा डॉट डॉट दिखन दे हां 1 डॉट उहने कहंदे दिखन दे तां ऐ कहंदे जिदा बड़ी समझाउंदे अगे नूं 2 डॉट 3 डॉट 4 डॉट ए तुसीं दस्सो की बणिया ए तुसीं दस दिओ की बणिया ਕੋ ਵੀ ਹਜੇ ਤੱਕ ਸਾਨੂੰ ਤੇ ਕਿਸੇ ਦੀ ਸਮਝ ਨਹੀਂ ਲੱਗੀ ਵੀ ਕੀ ਬਣਿਆ ਨਹੀਂ ਲੱਗੂਗਾ ਪਤਾ ਕੀ ਬਣਿਆ ਹਾਂ ਕਲਾਕਾਰੀ ਇਹੋ ਜੀ ਕਲਾਕਾਰੀ ਵੀ ਕਹਿ ਕੇ ਨਾ ਆਉਂਦੀ ਹਰ ਕਿਸੇ ਦੇ ਹਵਾ ਸਜ ਨਹੀਂ ਹੁੰਦਾ ਇਹ ਸਾਰਾ ਕੁਝ ਤਾਂ ਨਹੀਂ ਕੋਈ ਤੇ ਚੁਣਿੰਦਾ ਇਨਸਾਨ ਹੀ ਕਰ ਸਕੇ ਇਹ ਕੋਈ ਚੁਣਿੰਦਾ ਇਨਸਾਨ ਹੀ ਆ ਜਿਹੜਾ ਇਹੋ ਜਿਹੇ ਕੰਮ ਕਰ ਸਕੇ ਠੀਕ ਆ ਇਹ ਮੇਰੇ ਤੇ ਰਮਨ ਆ ਗਏ ਚੁਣਿੰਦਾ ਇਨਸਾਨ ਚੁਣਿੰਦਾ ਇਨਸਾਨ ਆ ਚਲੋ मतलब
ਡੋਟਿੰਗ ਬ੍ਰਸ਼ ਪਹਿਲਾਂ ਡੋਟਿੰਗ ਟੂਲ ਯੂਜ਼ ਕਰਨਾ ਸਿਖਾਉਂਦੇ ਫਿਰ ਬ੍ਰਸ਼ ਦੇ ਹੁੰਦੇ ਆ ਅੱਛਾ ਫਿਰ ਆ ਸਿਖਾਉਂਦੇ ਸਾਰਿਆਂ ਨੂੰ ਕਿਉਂਕਿ ਇਹ ਕਿਹੜੇ ਹੁੰਦੇ ਫਿਰ ਚਲੋ ਨੇਲ ਆਰਟ ਆਪਣਾ ਹੋ ਗਿਆ ਕੰਪਲੀਟ ਬਹੁਤ ਮੁਸ਼ਕਲ ਹਾਂਜੀ ਤੇ ਲਾਉਣ ਦਾ ਕੋਈ ਏਡਾ ਵੱਡਾ ਪ੍ਰੋਸੈਸ ਨਹੀਂ ਹੈਗਾ ਬਸ ਇਹ ਕਰਨਾ ਕਿ ਲਾਉਣ ਇਹ ਕਰਨਾ ਇਹ ਤਾਂ ਸਿੱਖ ਲਿਆ ਮੈਂ ਬਸ ਇਹ ਕਰਨਾ ਵਾ ਕਿ ਆ ਲਾਉਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਨੋ ਆ ਇਹ ਪੂਰੀ ਤਰ੍ਹਾਂ ਜਿਹੜਾ ਵਾ ਨੇਲ ਕਟਰ ਨਾਲ ਕੱਟ ਲੈਣਾ ਠੀਕ ਆ ਆ ਵੇਖੋ ਜਦੋਂ ਆ ਨੇ ਜਦੋਂ ਤੁਸੀਂ ਕੱਟ ਲਿਆ ਤੇ ਤੁਸੀਂ ਆ ਜਿਹੜੀਆਂ ਸਾਈਡਾਂ ਹੁੰਦੀਆਂ ਨਾ ਆਪਣੇ ਆ ਤੁਹਾਡੇ ਨੇਲ ਦੀਆਂ ਇਹ ਸਾਈਡਾਂ ਤੋਂ ਥੋੜਾ ਥੋੜਾ ਇਹਨੂੰ ਆਪਣੇ ਦੂਸਰੇ ਹੱਥ ਦਾ ਨੋ ਨਾ ਜਿਹੜਾ ਥੋੜਾ ਥੋੜਾ ਇਦਾਂ ਕਰਨਾ ਵਾ ਤੇ ਆ ਵੇਖੋ ਇਦਾਂ ਇੱਧਰ ਨੂੰ ਤੇ ਆ ਲੱਥ ਜਾਣਾ ਨੋ ਤੇ ਆ ਤੁਹਾਡਾ ਥੱਲੇ ਵਾਲਾ ਨੋ ਕਈ ਵਾਰ ਥੱਲੇ ਵਾਲਾ ਨੋ ਵੀ ਨਾਲ ਹੀ ਆ ਜਾਣਾ ਨਹੀਂ 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 ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਪਰ ਜ਼ਿਆਦਾ ਆਪਣਾ ਆ ਵਾਲਾ ਨੋ ਸੈਂਸਿਟਿਵ ਹੁੰਦਾ ਆ ਤੇ ਤਾਂ ਕਰਕੇ ਬੜੇ ਧਿਆਨ ਦੇ ਨਾਲ ਬੜੇ ਸਤਿਕਾਰ ਮਾਣ ਸਤਿਕਾਰ ਨਾਲ ਜਿਹੜਾ ਵਾ ਨੋ ਲਾਉਣਾ ਆ ਆਪਣਾ ਤੇ ਏਦਾਂ ਹੀ ਸਾਰੇ ਨੋ ਲਾ ਲੈਣੇ ਬੜੇ ਧਿਆਨ ਨਾਲ ਤੇ ਚਲੋ ਠੀਕ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਖੁਸ਼ ਰਹੋ।